ਤੇ ਕਿੰਨਾ ਕੁ ਵਜ਼ਨ ਹੋਏਗਾ ਇਹਨਾਂ ਦਾ? ਤਕਰੀਬਨ 30 ਕਿਲੋ ਕੁਤੇ ਦਾ ਹੋਣਾ। ਗੋਸ਼ਤ ਤਕਰੀਬਨ 30 ਕਿਲੋ ਨਿਕਲੇਗਾ। ਇੱਥੇ ਜ਼ਿਆਦਾ ਹੋਣਾ। ਜ਼ਿਆਦਾ ਨਿਕਲੇਗਾ। ਸਹੀ। ਅਸਲਾਮ ਅਲੈਕੁਮ ਭਾਈ। ਅਲੈਕੁਮ ਅਸਲਾਮ। ਉਸਤਾਦ ਜੀ, ਜੋੜੀ ਦਾ ਕੀ ਰੇਟ ਹੈ? 75,000। 75,000 ਮੰਗਦੇ ਜੀ। ਤੇ ਕਿੰਨਾ ਕੁ ਲੱਗਾ ਜੀ? ਲੱਗਾ 65,000। 65,000 ਲੱਗ ਗਿਆ ਜੀ। ਤੇ ਕੋਈ ਵੇਚਿਆ ਵੀ ਇਹਦੇ ਨਾਲ ਦੀ ਜੋੜੀ ਪਹਿਲੇ ਕੋਈ? ਹਾਂ, ਪਹਿਲੇ ਵੇਚੀ ਹੈ। ਕਿੰਨੇ ਦੀ ਵੇਚੀ ਹੈ? ਇਹਦੇ ਨਾਲ ਦੀ ਵੇਚੀ ਹੈ 63,000 ਦੀ। 63,000 ਦੀ ਵੇਚੀ ਤੁਸੀਂ? ਤੇ ਕਿੰਨਾ ਕੁ ਵਜ਼ਨ ਹੋਏਗਾ ਇਹਨਾਂ ਦਾ? ਵਜ਼ਨ ਤਕਰੀਬਨ 30 ਕਿਲੋ ਕੁਤੇ ਦਾ ਹੋਣਾ। ਗੋਸ਼ਤ ਤਕਰੀਬਨ 30 ਕਿਲੋ ਨਿਕਲੇਗਾ। ਇੱਥੇ ਜ਼ਿਆਦਾ ਹੋਣਾ। ਜ਼ਿਆਦਾ ਨਿਕਲੇਗਾ। ਸਹੀ। ਕਿਹੜੀ ਜਗ੍ਹਾ ਤੋਂ ਆਏ? ਰਹੀਮ ਯਾਰ ਖਾਨ। ਰਹੀਮ ਯਾਰ ਖਾਨ। ਸਹੀ। ਤੇ ਨਸਲ ਕਿਹੜੀ ਜਾਨਵਰ? ਹਾਸਲਪੁਰੇ। ਹਾਸਲਪੁਰ ਜੀ। ਠੀਕ ਹੈ ਜੀ। ਬਾਬਾ ਜੀ, ਕੀ ਰੇਟ ਹੈ? ਰੇਟ 22,000। 22,000? ਕਿੰਨਾ ਕੁ ਵਜ਼ਨ ਇਹਦਾ? 22 ਕਿਲੋ ਨਿਕਲ ਆਇਆ। ਸਹੀ ਹੈ। ਇੱਕ ਹੀ ਜਾਨਵਰ ਸੀਗਾ ਕਿ ਹੋਰ ਵੀ ਸੀਗੇ? ਇੱਕ ਹੀ ਵੇਚ ਰਹੇ ਬਸ। ਚਲੋ ਸਹੀ। ਆਪਣੇ ਘਰ ਦਾ ਪਾਲਿਆ ਹੋਇਆ? ਫੈਸਲਾਬਾਦ ਦਾ ਹੀ ਹੈ। ਅੱਛਾ, ਸਹੀ। ਤੇ ਕੋਈ ਰੇਟ ਸ਼ੇਟ ਲੱਗਾ ਪਹਿਲੇ? ਬਸ ਹਲੇ ਤਾਂ ਆਏ ਹਾਂ। ਆਏ ਵੇਖ ਜਾਣਾ, ਕੋਈ ਨੀ, ਅੱਲਾ ਖੈਰ ਕਰੇ। ਲੈ ਸ਼ੇਰਾ, ਠੀਕ ਹੈ। ਉਸਤਾਦ ਕਿੰਨੇ ਦਾ? 25,000। 25,000 ਦਾ ਕਿੰਨਾ ਵਜ਼ਨ? 25 ਕਿਲੋ।